ਫਿਲੌਰ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ, ਜਦਕਿ ਦੂਸਰਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਕਤ ਹਾਦਸਾ ਮੋਟਰਸਾਈਕਲ ਦੇ ਟਰਾਲੇ ਵਿੱਚ ਵੱਜਣ ਕਾਰਨ ਵਾਪਰਿਆ ਹੈ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਸਰ, ਇੱਕ ਰਾਮਗੜ੍ਹ ਬਾਈਪਾਸ ਦੇ ਉੱਤੇ ਨੈਸ਼ਨਲ ਤੇ ਐਕਸੀਡੈਂਟ ਹੋਇਆ, ਕੀ ਸਾਰਾ ਮਾਮਲਾ? ਇਸ ਪਰਮਜੀਤ ਸਿੰਘ SSF ਰੂਟ ਨੰਬਰ 94506 ਥਾਣਾ ਫਲੌਰ ਤੋਂ ਫੋਨ ਆਇਆ ਸੀਗਾ ਵੀ ਰਾਮਗੜ੍ਹ ਚੁੰਗੀ ਐਕਸੀਡੈਂਟ ਹੋਇਆ ਜੀ। ਮੋਟਰਸਾਈਕਲ ਸਵਾਰ ਨਕੋਦਰ ਤੋਂ ਮੱਥਾ ਟੇਕ ਕੇ ਲੁਧਿਆਣੇ ਨੂੰ ਜਾ ਰਿਹਾ ਸੀ, ਕਿਤੇ ਆਟੋ ਦੇ ਵਿੱਚ ਲੱਗੇ ਜੀ। ਇਹ ਆਟੋ 'ਚ ਲੱਗ ਕੇ ਮੁੜ ਕੇ ਟਿੱਪਰ ਦੇ ਥੱਲੇ ਆ ਗਿਆ ਜੀ। ਇੱਕ ਬੰਦੇ ਦੀ ਮੌਕੇ 'ਤੇ ਬੱਚੇ ਦੀ ਮੌਤ ਹੋ ਗਈ ਹੈ ਅਤੇ ਇੱਕ ਜ਼ਖਮੀ ਹੈ ਸਿਵਲ ਹਸਪਤਾਲ ਫਲੌਰ ਜੀ। ਕੋਈ ਪਛਾਣ ਹੋਈ ਸਰ ਕਿੱਥੇ ਦੇ ਆ? ਅਜੇ ਨਹੀਂ ਪਛਾਣ ਹੋਈ ਜੀ, ਹਲੇ ਸਿਵਲ ਹਸਪਤਾਲ ਜਿਹੜਾ ਜ਼ਖਮੀ ਹੈ ਉਹਦੇ ਕੋਲ ਜਾ ਕੇ ਪਤਾ ਕਰਦੇ ਹਾਂ ਕਿੱਥੇ ਦੇ ਆ ਜੀ। ਅਗਲੀ ਜੋ ਕਾਰਵਾਈ ਕਾਨੂੰਨੀ ਕਾਰਵਾਈ ਹੋਊਗੀ ਜੀ। ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ, ਸੰਪਰਕ ਕਰੋ। ਫਿਲੌਰ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ, ਜਦਕਿ ਦੂਸਰਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਕਤ ਹਾਦਸਾ ਮੋਟਰਸਾਈਕਲ ਦੇ ਟਰਾਲੇ ਵਿੱਚ ਵੱਜਣ ਕਾਰਨ ਵਾਪਰਿਆ ਹੈ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਸਰ, ਇੱਕ ਰਾਮਗੜ੍ਹ ਬਾਈਪਾਸ ਦੇ ਉੱਤੇ ਨੈਸ਼ਨਲ ਤੇ ਐਕਸੀਡੈਂਟ ਹੋਇਆ, ਕੀ ਸਾਰਾ ਮਾਮਲਾ? ਇਸ ਪਰਮਜੀਤ ਸਿੰਘ SSF ਰੂਟ ਨੰਬਰ 94506 ਥਾਣਾ ਫਲੌਰ ਤੋਂ ਫੋਨ ਆਇਆ ਸੀਗਾ ਵੀ ਰਾਮਗੜ੍ਹ ਚੁੰਗੀ ਐਕਸੀਡੈਂਟ ਹੋਇਆ ਜੀ। ਮੋਟਰਸਾਈਕਲ ਸਵਾਰ ਨਕੋਦਰ ਤੋਂ ਮੱਥਾ ਟੇਕ ਕੇ ਲੁਧਿਆਣੇ ਨੂੰ ਜਾ ਰਿਹਾ ਸੀ, ਕਿਤੇ ਆਟੋ ਦੇ ਵਿੱਚ ਲੱਗੇ ਜੀ। ਇਹ ਆਟੋ 'ਚ ਲੱਗ ਕੇ ਮੁੜ ਕੇ ਟਿੱਪਰ ਦੇ ਥੱਲੇ ਆ ਗਿਆ ਜੀ। ਇੱਕ ਬੰਦੇ ਦੀ ਮੌਕੇ 'ਤੇ ਬੱਚੇ ਦੀ ਮੌਤ ਹੋ ਗਈ ਹੈ ਅਤੇ ਇੱਕ ਜ਼ਖਮੀ ਹੈ ਸਿਵਲ ਹਸਪਤਾਲ ਫਲੌਰ ਜੀ। ਕੋਈ ਪਛਾਣ ਹੋਈ ਸਰ ਕਿੱਥੇ ਦੇ ਆ? ਅਜੇ ਨਹੀਂ ਪਛਾਣ ਹੋਈ ਜੀ, ਹਲੇ ਸਿਵਲ ਹਸਪਤਾਲ ਜਿਹੜਾ ਜ਼ਖਮੀ ਹੈ ਉਹਦੇ ਕੋਲ ਜਾ ਕੇ ਪਤਾ ਕਰਦੇ ਹਾਂ ਕਿੱਥੇ ਦੇ ਆ ਜੀ। ਅਗਲੀ ਜੋ ਕਾਰਵਾਈ ਕਾਨੂੰਨੀ ਕਾਰਵਾਈ ਹੋਊਗੀ ਜੀ। ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ, ਸੰਪਰਕ ਕਰੋ।